ਸਭਾ ਹਲਕਾ ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਅੱਜ ਆਪਣੇ ਨਾਮਜ਼ਦਗੀ ਫਾਰਮ ਜਿਹੜੇ ਆ ਦਾਖਲ ਕਰਵਾ ਦਿੱਤੇ ਗਏ ਨੇ। ਦਾਖਲ ਕਰਵਾ ਕੇ ਜਿਹੜਾ ਕਿ ਉਹ ਤੁਸੀਂ ਵੇਖ ਸਕਦੇ ਕਿੱਥੇ ਪਹੁੰਚੇ ਨੇ। ਸਰ ਜਗਬਨੀ ਤੇ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ, ਧੰਨਵਾਦ। ਸਰ ਅੱਜ ਨੋਮੀਨੇਸ਼ਨ ਫਾਰਮ ਤੁਸੀਂ ਦਾਖਲ ਕਰਵਾਇਆ, ਕਿੰਨੀ ਕੁ ਖੁਸ਼ੀ ਵੇਖਣ ਮਿਲ ਰਹੀ? ਦੇਖੋ ਜੀ, ਇਹਦਾ ਪ੍ਰੋਸੈਸ ਆ, ਸਟਾਰਟ ਹੋਏ ਆ। ਅਸੀਂ ਹੁਣ ਹਲਕੇ ਦੇ ਵਿੱਚ ਟਿਕਟ ਮਿਲਣ ਤੋਂ ਬਾਅਦ ਵਿਚਰ ਰਹੇ ਹਾਂ ਔਰ ਕਾਫੀ ਵਧੀਆ ਸਾਰਿਆਂ ਵੱਲੋਂ ਸੁਝਾਅ ਆ ਰਿਹਾ। ਜਦੋਂ ਤੁਸੀਂ ਸਰਕਾਰ ਦੇ ਵਿੱਚ ਹੋਵੋ, ਕਈ ਗੱਲਾਂ ਇੱਦਾਂ ਦੀਆਂ ਵੀ ਹੁੰਦੀਆਂ ਕਿ ਕੁਛ ਸਾਥੀ ਜਿਹੜੇ ਆ ਉਹ ਕੰਮਾਂ ਕਾਰਾਂ ਤੋਂ ਥੋੜ੍ਹੇ ਜਿਹੇ ਨਾਰਾਜ਼ ਵੀ ਹੋ ਜਾਂਦੇ, ਕਈਆਂ ਦੇ ਨਹੀਂ ਹੁੰਦੇ। ਉਹਨਾਂ ਨੂੰ ਵੀ ਜਾ ਕੇ ਮਿਲ ਰਹੇ ਹਾਂ, ਉਹਨਾਂ ਨੂੰ ਵੀ ਠੀਕ ਕਰ ਰਹੇ ਹਾਂ। ਅਤੇ ਮੇਰਾ ਖਿਆਲ ਹੈ ਕਿ ਹਾਲੇ ਤੱਕ ਕੋਈ ਇਹੋ ਜਿਹਾ ਨਹੀਂ ਕੋਈ ਕੇਸ ਆਇਆ ਜਿੱਥੇ ਕੋਈ ਨਾ ਸਾਡੇ ਨਾਲ ਰਜ਼ਾਮੰਦ ਹੋਇਆ ਹੋਵੇ। ਐਂਡ ਵਧੀਆ ਤਰੀਕੇ ਨਾਲ ਸਾਰੀ ਕੰਪੇਨ ਚੱਲ ਰਹੀ। ਸਰ, ਜਿਸ ਤਰ੍ਹਾਂ ਕਿ ਐਮ ਪੀ ਵੱਲੋਂ ਜਿਸ ਤਰ੍ਹਾਂ ਕਿ ਵਕਤ ਟਵੀਟ ਕੀਤਾ ਗਿਆ, ਉਸ ਬਾਰੇ ਤੁਹਾਡਾ ਕੀ ਕਹਿਣਾ? ਮੈਂ ਉਹਦੇ ਬਾਰੇ ਜੀ ਕੁਛ ਨਹੀਂ ਕਹਿ ਸਕਦਾ। ਸੀਨੀਅਰ ਨੇ, ਸਾਡੇ ਮੈਂਬਰ ਪਾਰਲੀਮੈਂਟ ਆ। ਮੇਰਾ ਖਿਆਲ ਆ ਕਿ ਇਹ ਮਸਲਾ ਜਿਹੜਾ ਮੇਰੇ ਲੈਵਲ ਦਾ ਨਹੀਂ ਹੈ, ਇਹ ਹਾਈਕਮਾਂਡ ਦਾ ਅਤੇ ਉਹਨਾਂ ਦਾ। ਸਰ, ਫਾਰਮ ਦੇ ਕਈਆਂ ਨੇ ਭਰੇ ਹੁੰਦੇ ਨੇ, ਕੀ ਸਰ ਜਿਹੜੇ ਕੋਈ ਨਾਰਾਜ਼ ਆ ਕਿਸ ਤਰ੍ਹਾਂ ਉਹਨਾਂ ਨੂੰ ਨਾ ਲੈ ਕੇ ਚੱਲੋ, ਕਿਉਂਕਿ ਇਹ ਜਿਹੜੀ ਵਿਧਾਨ ਸਭਾ ਹਲਕਾ ਤੁਹਾਡਾ ਖਡੂਰ ਸਾਹਿਬ ਆ, ਹੋਰ ਵੀ ਭਰੇ ਨੇ, ਪਰ ਲੱਗਦਾ ਨਹੀਂ ਕਿ ਜਿਹੜੇ ਨਾਰਾਜ਼ ਨੇ ਉਹ ਨਾ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਇਹ ਇਲੈਕਸ਼ਨ ਜਿਹੜੀ ਹੁਣ ਕਾਫੀ ਜ਼ਿਆਦਾ ਕੰਪੇਨ ਵਿੱਚ ਹੈਗੇ ਨੇ। ਕਿਹੜੇ ਨਾਰਾਜ਼ ਨੇ? ਜਿਹੜੇ ਤੁਹਾਡੇ ਕਾਂਗਰਸੀ ਨੇ ਹੋਰ ਵੀ ਫਾਰਮ ਭਰੇ ਨੇ, ਅੱਜ ਨਾਲ ਨਹੀਂ ਨਜ਼ਰ ਆਉਂਦੇ, ਤਾਂ ਉਹਨਾਂ ਦਾ ਨਹੀਂ? ਨਜ਼ਰ ਤਾਂ ਅੱਜ ਭਾਅ ਜੀ ਮੇਰਾ ਖਿਆਲ ਹੈ ਆਪਾਂ ਨੂੰ ਅਲਾਊਡ ਹੀ ਨਹੀਂ ਹੈਗਾ ਕੋਵਿਡ ਕਰਕੇ ਜੀ, ਨਹੀਂ ਤਾਂ ਉੱਥੇ ਅਸੀਂ ਖੰਡਪਾਠ ਸਾਹਿਬ ਦੇ ਭੋਗ ਤਰਾਏ, ਉੱਥੇ ਸਾਰਾ ਹਲਕਾ ਆਇਆ ਜੀ। ਅਤੇ ਸਰ, ਜਿੱਦਾਂ ਕਿ ਇੱਕ 6,35,00,000 ਰੁਪਏ ਦਾ ਇੱਕ ਬੜਾ ਇਸ਼ੂ ਉੱਠ ਗਿਆ ਵਾ, ਅਤੇ ਸਰ ਉਹ ਕੀ ਮਾਮਲਾ ਕਿ ਤੁਹਾਡੇ 6,35,00,000 ਰੁਪਏ ਤੁਹਾਨੂੰ ਡਿਫਾਲਟਰ ਕਰ ਦਿੱਤਾ ਗਿਆ? ਦੇਖੋ, ਜਿਹੜਾ ਇਹ ਮਸਲਾ ਹੈ ਨਾ ਜੀ, ਇਹ ਹਾਲੇ ਤੱਕ ਸੋਸ਼ਲ ਮੀਡੀਆ 'ਤੇ ਜਾਂ ਤੁਹਾਡੇ ਕੋਲ ਹੈ, ਬੈਂਕ ਨੇ ਹਾਲੇ ਤੱਕ ਮੈਨੂੰ ਕੋਈ ਨੋਟਿਸ ਨਹੀਂ ਕੱਢਿਆ ਜੀ, ਨਾ ਮੈਂ ਉਹਨਾਂ ਦਾ ਕੋਈ ਨੋਟਿਸ ਮੈਂ ਰਿਸੀਵ ਕੀਤਾ ਹਾਲੇ ਤੱਕ, ਨਾ ਮੇਰੇ ਕੋਲ ਆਇਆ। ਇਹ ਵੀ ਕਿਹਾ ਮਿਲਿਆ ਕਿ ਉਹ ਨੋਮੀਨੇਸ਼ਨ ਕਹਿੰਦੇ ਫਾਰਮ ਤੱਕ ਨਾ ਹੋਵੇ, ਕਿ DC ਨੂੰ ਚੋਣ ਕਮਿਸ਼ਨ ਨੂੰ ਦੱਸਿਆ ਕਿ ਫਾਰਮ ਨਾ ਦਾਖਲ ਕਰ ਦਿੱਤੇ ਜਾਣ। ਇਹਦੇ ਵਿੱਚ ਦੇਖੋ, ਗਰਿਆਈ 'ਚ ਜਾਣਾ ਪਊਗਾ ਕਿ ਕੀ ਪਤਾ ਇਹ ਬੈਂਕ ਨੇ ਪਾਇਆ ਜਾਂ ਕਿਸੇ ਹੋਰ ਨੇ ਪਾਇਆ ਜੀ, ਇਹ ਕੀ ਆ ਮੈਨੂੰ ਨਹੀਂ ਪਤਾ। ਪਰ ਮੈਂ ਇਹਨਾਂ ਗੱਲ ਕਹਿੰਦਾ ਕਿ ਬੈਂਕ ਵੱਲੋਂ ਹਾਲੇ ਮੈਨੂੰ ਕੋਈ ਇੰਟੀਮੇਸ਼ਨ ਆਈ ਨਹੀਂ। ਇਹ ਸਰ 2022 ਜਿਹੜੀ ਇਲੈਕਸ਼ਨ ਵਾ, ਕਿਸ ਤਰ੍ਹਾਂ ਮੰਨਦੇ ਕਿ ਹੁਣ 2022 ਦੀ ਇਲੈਕਸ਼ਨ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਕਿਸ ਤਰ੍ਹਾਂ ਕੋ ਭਾਰੀ ਜਿੱਤ ਹੋਏਗੀ, ਕਿਉਂਕਿ ਮੈਦਾਨ 'ਚ ਬਹੁਤ ਜ਼ਿਆਦਾ ਹੈਗੇ ਨੇ? ਦੇਖੋ, ਇਹ ਤਾਂ ਜੀ March 10 ਨੂੰ ਕਿਹਾ ਜਾ ਸਕਦਾ। ਜੇ ਆਪਾਂ ਪਹਿਲਾਂ ਹੀ ਐਵੇਂ ਕਰੀ ਜਾਈਏ, ਲੜਾਈ ਨੂੰ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਇਹ ਡਟ ਕੇ ਲੜਨੀ ਹੈ ਔਰ ਸਾਥੀ ਮੇਰੇ ਤਿਆਰ ਨੇ, ਮੇਰਾ ਖਿਆਲ ਨਹੀਂ ਸਾਡੇ ਵੱਲੋਂ ਕੋਈ ਕਮੀ ਹੈ। ਸੋ ਇਹ ਸਨ ਰਮਨਜੀਤ ਸਿੰਘ ਸਿੱਕੀ, ਵਿਧਾਨ ਸਭਾ ਹਲਕਾ ਖਡੂਰ ਸਾਹਿਬ, ਜਿਨ੍ਹਾਂ ਵੱਲੋਂ ਕਿ ਅੱਜ ਆਪਣੇ ਨੋਮੀਨੇਸ਼ਨ ਫਾਰਮ ਜਿਹੜੇ ਆ ਉਹ ਖਡੂਰ ਸਾਹਿਬ SDM ਦਫ਼ਤਰ ਦੇ ਵਿੱਚ ਜਿਹੜਾ ਵਾ ਦਾਖਲ ਕਰਵਾ ਦਿੱਤੇ ਗਏ ਨੇ। ਰਹੀ ਗੱਲ 6,35,00,000 ਰੁਪਇਆ ਜੋ ਕਿ ਡਿਫਾਲਟਰ ਦੱਸੇ ਜਾ ਰਹੇ ਸੀ, ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦਾ ਬੈਂਕ ਵੱਲੋਂ ਉਹਨਾਂ ਨੂੰ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਨਹੀਂ ਭੇਜਿਆ ਗਿਆ, ਤਾਂ ਕੋਈ ਸੋਸ਼ਲ ਮੀਡੀਆ 'ਤੇ ਐਸੀਆਂ ਜਿਹੜੀਆਂ ਗੱਲਾਂ ਸੁਣਨ ਨੂੰ ਵੇਖਣ ਨੂੰ ਮਿਲ ਰਹੀਆਂ ਨੇ। ਜੋ ਟਵੀਟ ਦੀ ਗੱਲ ਕਹੀ ਗਈ ਹੈ, ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਜਿਹੜੇ ਵੱਡੇ ਨੇ ਸਾਡੇ ਸਰਕਾਰ ਯੋਗ ਨੇ, ਪਰ ਹਾਈਕਮਾਂਡ ਹੀ ਵੇਖੇਗੀ। ਪਰ 2022 ਦੀ ਜੋ ਇਲੈਕਸ਼ਨ ਹੈ, ਇਸ ਇਲੈਕਸ਼ਨ ਨੂੰ ਲੈ ਕੇ ਕਾਫੀ ਪਾਰਟੀਆਂ ਮੈਦਾਨ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। 2022 ਦੀ ਇਲੈਕਸ਼ਨ ਕਾਫੀ ਜਿਹੜੀ ਆ ਗਰਮਾਈ ਹੋਈ ਹੈ, ਚੋਣ ਜਾਬਤਾ ਵੀ ਲੱਗ ਚੁੱਕਾ ਹੈ, ਨੋਮੀਨੇਸ਼ਨ ਫਾਰਮਾਂ ਦੀ ਜਿਹੜਾ ਹੈਗਾ ਸੀ ਉਹ ਵੀ ਭਰੇ ਜਾ ਰਹੇ ਨੇ, ਤਾਂ ਉਸ ਦੇ ਨਾਲ ਨਾਲ ਹੁਣ ਵੇਖਣਾ ਹੋਏਗਾ ਕਿ 20 ਫਰਵਰੀ ਨੂੰ ਇਹ ਕਿਸ ਤਰ੍ਹਾਂ ਵੋਟਾਂ ਜਿਹੜੇ ਲੋਕ ਨੇ ਆਪਣੀਆਂ ਪੂਰੀ ਤਰ੍ਹਾਂ ਪਾਉਂਦੇ ਨੇ, ਤਾਂ 10 ਤਰੀਕ ਨੂੰ ਜੋ ਰਿਜ਼ਲਟ ਆਏਗਾ ਤਾਂ ਪਤਾ ਲੱਗ ਜਾਏਗਾ ਕਿ ਕੌਣ ਵਿਧਾਇਕ ਬਣਿਆ ਹੈ ਤਾਂ ਕੌਣ ਪੰਜਾਬ ਦਾ CM ਬਣਿਆ ਹੈ। ਵਿਜੇ ਕੁਮਾਰ, ਜਗਬਾਣੀ TV, ਵਿਧਾਨ ਸਭਾ ਹਲਕਾ ਖਡੂਰ ਸਾਹਿਬ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।